ਇਹ ਮੈਂ ਇਰਫਾਨ ਅੰਸਾਰੀ ਦਾ ਦੱਸਣ ਲੱਗਾ ਸਾਂ ਕਿ ਪੂਰੇ ਨਾ ਸਿਰਫ ਪਾਕਿਸਤਾਨ ਵਿੱਚ ਬਲਕਿ ਬਾਹਰ ਦੇ ਮੁਲਕਾਂ 'ਚ ਵੀ ਜਾ ਕੇ ਇੰਡੀਆ 'ਚ ਵੀ ਇਹਨੇ ਜਾ ਕੇ ਹੀਰ ਪੜ੍ਹੀ ਔਰ ਇੱਕ ਲੰਬਾ ਅਰਸਾ ਬਹੁਤ ਮਿੱਠੀ ਹੀਰ ਪੜ੍ਹ ਰਿਹਾ। ਅੱਲਾ ਪਾਕ ਇਹਨੂੰ ਸਲਾਮਤ ਰੱਖੇ। ਮੈਂ ਕਿਹਾ ਹੋਇਆ ਇਹਦੇ ਬਾਰੇ 'ਚ ਕਿ ਜਿਵੇਂ ਕ੍ਰਿਕਟ ਦੇ ਵਿੱਚ ਵਸੀਮ ਅਕਰਮ ਨੇ ਨਾਮ ਪੈਦਾ ਕੀਤਾ, ਇਹਨੇ ਉਸ ਤਰ੍ਹਾਂ ਇਹਦੇ ਕੋਲ ਵਰਾਇਟੀ ਤਮਾਮ ਤਰ੍ਹਾਂ ਦੀ। ਇਰਫਾਨ ਅੰਸਾਰੀ। ਹਾਂ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੇਰੇ ਸੱਜਣੋ ਬੇਲੀਓ ਮਿੱਤਰੋ, ਜਿੱਥੇ ਅੱਗੇ ਗੁਰੂ ਬੈਠੇ ਹੋਣ, ਮੈਂ ਇੱਕ ਦਰਵੇਸ਼ ਨੂੰ ਪੁੱਛਿਆ, ਮੈਂ ਬਾਬਾ ਜੀ ਮਾਪਿਆਂ ਅੱਗੇ ਅਤੇ ਗੁਰੂ ਅੱਗੇ ਜੇ ਬੋਲਣਾ ਹੋਵੇ ਤਾਂ ਕੀ ਕਰਨਾ ਹੋਵੇ? ਉਹਨਾਂ ਕਿਹਾ, ਪੁੱਤਰ ਇਹਨਾਂ ਦੋਵਾਂ ਅੱਗੇ ਪੜ੍ਹਿਆ ਲਿਖਿਆ ਬਣਨਾ ਹੀ ਨਹੀਂ। ਸਮਝ ਲੱਗੀ ਸਾਈਂ, ਜਿਹੜੀਆਂ ਦੋ ਹਸਤੀਆਂ ਨਾ, ਇਹਨਾਂ ਅੱਗੇ ਨਿਕੰਮਾ ਬਣ ਕੇ ਜਾਣਾ। ਹਜ਼ਰਤ ਮੋਹਤਰਮ ਸੈਤੀ ਰਾਂਝੇ ਜੋਗੀ ਨੂੰ ਕਹਿੰਦੀ ਹੈ, ਮੈਂ ਬੜੇ ਵੇਖੇ ਨੇ ਅਤੇ ਮੇਰੇ ਅੱਗੇ ਤਾਂ ਕੋਈ ਵੀ ਨਹੀਂ ਬਣਦਾ। ਰਾਂਝਾ ਜੋਗੀ ਕਹਿੰਦਾ, ਵੇਖ ਮੈਂ ਬਾਲ ਨਾਥ ਤੋਂ ਜੋਗ ਲਿਆ, ਮੇਰਾ ਨਾਂ ਰਾਂਝਾ ਜੋਗੀ ਹੈ। ਲੇਕਿਨ ਸਹੀਤੀ ਅੱਗੋਂ ਪਤਾ ਕੀ ਕਹਿੰਦੀ ਹੈ? ਹੋ ਮੁੜ ਮੁੜ ਉੱਠ ਬਲੋਚ ਸਮਝਾਵਨ। ਸ਼ਾਹ ਜੀ ਤੁਹਾਡੀ ਖੈਰ ਹੋਵੇ। ਮੋੜ ਮੋੜ ਉੱਠ ਬਲੋਚ ਸਮਝਾਵਨਾ, ਵੇ ਤੇਰੀ ਪੜੀ ਜ਼ੁਬਾਨ ਚਲਾਕ ਹੈ, ਵੇ ਅੱਖ ਚ ਅੱਖ ਪਾ ਕੇ ਸਹੀਤੀ ਕਹਿੰਦੀ ਏ, ਵੇ ਤੈਨੂੰ ਖਬਰ ਨਹੀਂ ਊਠਾਂ ਵਾਲਿਆਂ ਦੇ, ਵੇ ਤੈਨੂੰ ਖਬਰ ਨਹੀਂ ਊਠਾਂ ਵਾਲਿਆਂ ਦੇ, ਹਾਏ ਸੱਸੀ ਜਈਆਂ ਵੀ ਸੱਸੀ ਜਈਆਂ ਵੀ ਫਿਰਨ ਰੁਲਾਕ ਹੈ, ਵੇ ਤੈਨੂੰ ਖਬਰ ਨਹੀਂ ਊਠਾਂ ਵਾਲਿਆਂ ਦੀ, ਤੇ ਸੱਸੀ ਜਈਆਂ ਵੀ ਫਿਰਨ ਰੁਲਾਕ ਹੈ। ਵੇ ਬਾਬਾ ਸਿਫਤੇ ਸਨ। ਹੁਣ ਮੈਂ ਸਿਰਫ ਇੱਕ ਗੱਲ ਵੇਖਣੀ ਪੀਰਾਂ ਨੂੰ ਕੱਢ ਕੇ, ਕਿ ਜਿਹੜੀ ਮੈਂ ਹੁਣ ਲੈਣ ਬੋਲਣ ਲੱਗਾ, ਕਿੰਨੇ ਕਿੰਨੇ ਤਵੱਜੋ ਕੀਤੀ। ਬਾਬਾ ਪਤਾ ਕੀ ਕਹਿੰਦਾ? ਮੱਥੇ ਆਸ਼ਿਕਾ ਮੱਥੇ ਆਸ਼ਿਕਾ ਮਲੇ ਪਰ ਇਸ਼ਕ ਆਪ ਮਲਾਮ ਤੋਂ ਪਾਕ ਹੈ, ਵੇ ਸੈਤੀ ਹੀਰ ਰਾਂਝਾ ਓਏ ਸਣੇ ਖਾਤਮਾ ਦੇ, ਹਾਏ ਵਾਰਸ ਸ਼ਾਹ ਵੀ ਜਿਦਾ ਗਮਨਾਕ ਹੈ, ਵੇ
ਲਓ ਜੀ ਆਖਰੀ ਸ਼ੇਰ ਮੇਰੀ ਹਾਜ਼ਰੀ ਦਾ। ਹਜ਼ਰਤ ਮੋਹਤਰਮ, ਜਦੋਂ ਰਾਂਝਾ ਟਿੱਲੇ ਤੋਂ ਰੰਗਪੁਰ ਨੂੰ ਟੁਰਦਾ ਨਾ, ਪੀਰ ਵਾਰਿਸ ਸ਼ਾਹ ਸਰਕਾਰ ਫਰਮਾਉਂਦੇ ਨੇ ਜਿੰਨਾ ਵੀ ਤੇਰਾ ਮਰਤਬਾ ਨਾ ਉਹਨੂੰ ਖਾਕ ਨਸ਼ੀਨ ਕਰਨਾ ਕਿਵੇਂ, ਕੋਲ ਚੀਨੀ ਹੈ ਤੇ ਪਤਾਸੇ ਵਿਖਾਉਣੇ ਨੇ, ਕੋਲ ਅਗਰ ਬੇਰ ਨੇ ਤੇ ਸੇਬ ਵਿਖਾਉਣੇ ਨੇ, ਯਾਨੀ ਕਿ ਰੰਗ ਵਟਾ ਕੇ ਜਾਣਾ। ਹਜ਼ਰਤ ਮੋਹਤਰਮ ਜ਼ਰਾ ਸ਼ੇਰ ਸੁਣਨਾ, ਮੇਰੇ ਵਾਰਿਸ ਨੇ ਕੈਸੀ ਲਫਾਜ਼ੀ ਕੀਤੀ ਹੈ। ਹੋ ਰਾਂਝੇ ਟੁਰਦਿਆਂ ਹੋਇਆਂ, ਇੱਕ ਮਿੰਟ ਸਿਰਫ ਦੋ ਨਹੀਂ, ਬਹਿ ਜਾਓ ਖੈਰ ਹੋਏ। ਰਾਂਝੇ ਟੁਰਦਿਆਂ ਹੋਇਆਂ ਵਿਚਾਰ ਕੀਤੀ, ਕੋਈ ਹੋਰ ਫਰੇਬ ਬਣਾਏ ਜੀ, ਪੁੱਟ ਬੂਟੀਆਂ ਟਿੱਲੇ ਦੀਆਂ ਪਾ ਬਗਲੇ, ਧੁੱਪੇ ਰੱਖ ਕੇ ਚਾ ਸੁਕਾਏ ਜੀ, ਤੇ ਚੂਨਾ ਪੀਸ ਕੇ ਬਿੱਲ ਵਿੱਚ ਪਾ ਲਈਏ, ਤਬਾਸ਼ੀਰ ਦਾ ਰੰਗ ਵਿਖਾਈਏ। ਉਹ ਚੂਨਾ ਪਾ ਕੇ ਤੇ ਰੰਗ ਕਿਹਦਾ ਵਿਖਾਣਾ, ਤਬਾਸ਼ੀਰ ਦਾ। ਜ਼ਰਾ ਗੌਰ ਨਾਲ ਸ਼ੇਰ ਸੁਣੀ, ਚੂਨਾ ਪੀਸ ਕੇ ਬਿੱਲ ਵਿੱਚ ਪਾ ਲਈਏ, ਤੇ ਤਬਾਸ਼ੀਰ ਦਾ ਰੰਗ ਵਖਾਏ ਜੀ, ਇੱਟ ਸਿੱਟ ਦੀਆਂ ਜੜਾਂ ਨੂੰ ਪੁੱਟ ਕੇ ਤੇ ਜੜ ਪਾਣ ਦੀ ਆਖ ਸੁਣਾਏ ਜੀ, ਛਾਣ ਕੁੱਟ ਕੇ ਪੀਸ ਕੇ ਪਾ ਬਗਲੀ ਹੋਕਾ ਵੈਦ ਕੀ ਚਾ ਦਿਵਾਏ ਜੀ, ਤੇ ਕਿਸੇ ਫੰਦ ਫਰੇਬ ਜੇ ਮਿਲੇ ਪਿਆਰਾ, ਟੂਣੇ ਸਹਿਰ ਜਾ ਤੂੰ ਪੜ ਜਾਏ ਜੀ, ਲਾਲ ਸ਼ਹਿਬਾਜ਼ ਹੁਸੈਨ ਵਾਂਗੂ, ਕਿਹਦੇ ਵਾਂਗੂ, ਮੀਏ ਲਾਲ ਸ਼ਹਿਬਾਜ਼ ਹੁਸੈਨ ਵਾਂਗੂ ਵੰਗਾਂ ਚੂੜੀਆਂ ਨੱਥ ਜਾ ਪਾਈਏ ਜੀ, ਵਿੱਚੋਂ
ਮਜਲਸੋਂ ਉੱਠ ਕੇ ਵਾਂਗ ਮਜਨੋ ਹਾਏ ਪੈਰ ਕੁੱਤਿਆਂ ਦੇ ਚੁੰਮ ਆਏ ਜੀ ਔਰ ਮਕਤਾ ਤਰਸ ਯਾਰ ਤਰਸ ਯਾਰ ਹਾਏ ਤਰਸ ਯਾਰ ਪਿਆਰੇ ਤਰਸ ਯਾਰ ਪਿਆਰੇ ਦੇ ਵੇਖਣੇ ਨੂੰ ਵੈਦਾਂ ਚੋਗੀਆਂ ਦਾ ਵੇਸ ਲਾਏ ਜੀ ਵਾਰਸ ਯਾਰ ਦਾ ਤਦੋਂ ਦੀਦਾਰ ਪਾਈਏ ਹੋ ਜਦੋਂ ਆਪਣਾ ਆਪ ਗਵਾਏ ਜੇ